FM 95 ਪੰਜਾਬ ਰੰਗ ਦੇ ਸਭ ਸੁਣਨ ਵਾਲਿਆਂ ਦਾ ਔਰ ਸੋਸ਼ਲ ਮੀਡੀਆ ਰਾਹੀਂ ਜਿਹੜੇ ਜਿਹੜੇ ਸਾਨੂੰ ਵੇਖਣ ਦੇ ਨੇ ਉਹਨਾਂ ਦਾ ਸਵਾਗਤ ਹੈ। ਬਾਬਾ ਗੁਰੂ ਨਾਨਕ ਦੇਵ ਜੀ ਦੀ ਜਨਮ ਧਰਤੀ ਯਾਨੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ 'ਚ, ਜਿੱਥੇ ਮੈਂ ਪਹਿਲਾਂ ਵੀ ਅਰਜ਼ ਕੀਤੀ ਆ ਕਵਰੇਜ ਰਾਹੀਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਯਾਤਰੀ ਨੇ ਜਿਹੜੇ ਉਹ ਬਾਬੇ ਦੇ ਮੱਥਾ ਟੇਕਣ ਆਏ ਨੇ। ਅਤੇ ਇਸ ਵੇਲੇ ਜੀ ਸਾਡੇ ਇੱਕ ਬੜੇ ਬੀਬੇ ਜੇ ਦੋਸਤ ਜਿਨ੍ਹਾਂ ਨੇ ਆਪ ਮੈਨੂੰ ਪਛਾਣ ਲਿਆ, ਇਹ ਨਾ ਜੀ ਦੁਨੀਆ ਦੀ ਦੂਜੀ ਆਖਰੀ ਨੁੱਕਰ ਸਿਡਨੀ ਯਾਨੀ ਆਸਟ੍ਰੇਲੀਆ, ਇੱਕ ਪਾਸੇ ਵੈਨਕੂਵਰ ਤੋਂ ਸ਼ੁਰੂ ਹੋ ਗਏ, ਉੱਥੇ ਜਾ ਕਹਿੰਦੇ ਨੇ ਕਿ ਦੁਨੀਆ ਮੁੱਕ ਜਾਂਦੀ ਹੈ, ਉੱਥੋਂ ਆਏ ਆ। ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਆਪਣਾ? ਕੁਲਵਿੰਦਰ ਸਿੰਘ ਜਗਰਾਓਂ, ਫਰੋਮ ਸਿਡਨੀ ਆਸਟ੍ਰੇਲੀਆ। ਜੀ ਆਇਆਂ ਨੂੰ ਕਹਿੰਦੇ ਸਵਾਗਤ ਕਰਨਾ ਜੀ ਤੁਹਾਡਾ ਪਾਕਿਸਤਾਨ 'ਚ। ਬਹੁਤ ਬਹੁਤ ਧੰਨਵਾਦ ਤੁਹਾਡਾ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰੇ ਹੀ ਪਾਕਿਸਤਾਨ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਅੱਛਾ ਇਹ ਦੱਸੋ ਕਿ ਸਿਡਨੀ ਤੋਂ ਤੁਰਨ ਲੱਗੇ ਆ, ਜ਼ਾਹਰ ਹੈ ਕਿ ਤੁਸੀਂ ਇੱਕ ਨਿਊਟਰਲ ਕੰਟਰੀ 'ਚ ਰਹਿੰਦੇ ਜੇ, ਪਾਕਿਸਤਾਨੀ ਮੀਡੀਆ ਵੀ ਵੇਖਣ ਡੇ ਹੋਵੋਗੇ, ਜਿਹੜਾ ਕਰਤਾਰਪੁਰ ਲਾਂਘੇ ਵੱਲੋਂ ਰੋਜ਼ ਰੋਲੇ ਪਾਉਂਦਾ ਸੀਗਾ, ਨਾਲ ਦੇ ਗੁਆਂਢੀਆਂ ਦਾ ਮੀਡੀਆ ਜਿਹੜਾ ਉਹਨੂੰ ਵੀ ਮੋਨੀਟਰ ਕਰਦੇ ਹੋਵੋਗੇ, ਗੱਲਾਂ ਦੋਵਾਂ ਨੇ ਕੀਤੀਆਂ ਔਰ ਬੜੀਆਂ ਬੜੀਆਂ ਕੀਤੀਆਂ, ਹੁਣ ਸੱਚੀਆਂ ਹੱਕੀ ਗੱਲਾਂ ਕਿੰਨੇ ਕੀਤੀਆਂ, ਇਹ ਕੀ ਆ ਕੇ ਵੇਖਿਆ? ਬਾਬੇ ਨਾਨਕ ਦੇ ਘਰ 'ਚ ਖਲੋਗੇ, ਆਪ ਨਤਾਰਾ ਕਰ ਦਿਓ। ਪਹਿਲਾਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੀ ਨਾਨਕ ਨੇ ਨਾਨਕ ਨਾਮ ਲੇਵਾ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿੱਦਾਂ ਵੀਰ ਜੀ ਮੈਨੂੰ ਕੁਐਸਚਨ ਕਰ ਰਹੇ ਸੀ ਕਰਤਾਰਪੁਰ ਲਾਂਘੇ ਦੀ, ਮੈਂ ਉਹ ਸੀਨ ਆਪਦੀ ਅੱਖੀਂ ਵੇਖਿਆ ਔਰ ਇੰਨਾ ਕੁ ਮਨ ਦੇ ਵਿੱਚ ਚਾਅ, ਇੰਨਾ ਕੁ ਖੁਸ਼ੀ ਔਰ ਇੰਨਾ ਭਾਗਾਂ ਵਾਲੇ ਆਪਣੇ ਆਪ ਨੂੰ ਸਮਝਦੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਦਿਨ, ਇਹ ਸਮਾਂ ਵੇਖਣ ਨੂੰ ਮਿਲਿਆ। ਮੈਂ ਬਹੁਤ ਹੀ ਲੋਕ ਐਸੇ ਮੂਹਰੇ ਫਰੰਟ 'ਤੇ ਖੜ੍ਹਾ ਸੀ, ਮੈਂ ਬਹੁਤ ਐਸੇ ਬਜ਼ੁਰਗ ਰੋਂਦੇ ਵੇਖੇ, ਅੱਖਾਂ 'ਚੋਂ ਹੰਝੂ ਡਿੱਗਦੇ ਵੇਖੇ ਕਿ ਇੰਨਾ ਕੁ ਖੁਸ਼ੀ ਵਾਲਾ ਦਿਨ ਸੀ। ਸੋ ਅਸੀਂ ਬੜੇ ਭਾਗਾਂ ਵਾਲੇ ਸਮਝਦੇ ਹਾਂ ਔਰ ਇਸ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਦੇਸ਼ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਇਮਰਾਨ ਖਾਨ ਜੀ ਔਰ ਸਾਡੇ ਪੰਜਾਬ ਦੇ ਜੋ ਨਹੀਂ ਇੱਧਰਲੇ, ਹਾਂਜੀ ਉਹਨਾਂ ਦਾ ਔਰ ਨਵਜੋਤ ਸਿੱਧੂ ਦਾ ਆਫਕੋਰਸ, ਔਰ ਜਿਸ ਜਿਸ ਨੇ ਵੀ ਇਸ ਵਧੀਆ ਕੰਮ ਦੇ ਲਈ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਸਭ ਦਾ ਧੰਨਵਾਦ ਔਰ ਸ਼ਾਬਾਸ਼ ਕਹਿਣਾ ਬਣਦਾ, ਕਿਉਂਕਿ ਇੱਕ ਬਹੁਤ ਹੀ ਵੱਡਾ ਕੰਮ ਹੋਇਆ ਇਹ। ਕੀ ਤੁਸੀਂ ਸਮਝਦੇ ਜੇ ਕਿ ਜਿੱਦਾਂ ਪਾਕਿਸਤਾਨ ਨੇ ਬਾਹਾਂ ਖੋਲ ਕੇ ਹਰ ਤਰ੍ਹਾਂ ਪਿਆਰ ਵਧਾ ਦਿੱਤਾ ਆ, ਇੱਕ ਰੋਡ ਜਿਹਾ ਜਿਹੜਾ ਉਹ ਆ ਗਿਆ ਆ, ਦੂਸਰੇ ਪਾਸੇ ਜ਼ਿੰਮੇਵਾਰੀ ਨਹੀਂ ਬਣਦੀ ਕਿ ਚੜ੍ਹਦੇ ਪਾਸੇ ਵੀ ਸੰਗਤਾਂ ਨੂੰ, ਸਿੱਖ ਯਾਤਰੀਆਂ ਨੂੰ ਜਿਹੜੇ ਪਾਕਿਸਤਾਨ ਵੱਸਦੇ ਨੇ ਉਹਨਾਂ ਨੂੰ ਵੀ ਲਾਂਘੇ ਤੋਂ ਦੂਸਰੇ ਪਾਰ ਜਾ ਕੇ ਅਤੇ ਡੇਰਾ ਬਾਬਾ ਨਾਨਕ ਮੱਥਾ ਟੇਕਣ ਦਾ ਮੌਕਾ ਦਿੱਤਾ ਜਾਏ? ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਜਿਸ ਤਰ੍ਹਾਂ ਸਾਡੇ ਇਮਰਾਨ ਖਾਨ ਜੀ ਦਾ ਮੈਂ ਨਾਮ ਲਿਆ, ਇਸੇ ਤਰ੍ਹਾਂ ਹੀ ਮੈਂ ਲੋਕਲ ਲੋਕਾਂ ਨੂੰ ਸਾਡੇ ਪਾਕਿਸਤਾਨ ਵੀਰਾਂ ਭੈਣਾਂ ਨੂੰ ਮਿਲਦਾ, ਬੜੇ ਸਾਨੂੰ ਬਾਹਾਂ ਖਿਲਾਰ ਕੇ ਮਿਲਦੇ ਨੇ, ਸਾਨੂੰ ਜੱਫੀਆਂ ਪਾਵਾਂ ਮਿਲਦੇ ਨੇ, ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਆ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਨੂੰ ਇਸ ਜਿਵੇਂ ਤੁਹਾਡਾ ਮੱਕਾ ਮਦੀਨਾ ਸਾਡਾ ਇਹ ਆ, ਜਿੱਥੇ ਅਸੀਂ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ ਸ੍ਰੀ ਨਨਕਾਣਾ ਸਾਹਿਬ ਜੋ ਤੁਸੀਂ ਕੈਮਰੇ ਦੀ ਅੱਖ ਨਾਲ ਵੇਖ ਰਹੇ ਹੋ, ਇਸ ਤੋਂ ਵਧੀਆ ਗੱਲ ਔਰ ਭਾਗਾਂ ਵਾਲੀ ਹੋਰ ਕੀ ਹੋ ਸਕਦੀ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਇੱਥੋਂ ਦੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਸਦੀਆਂ ਨੇ ਔਰ ਜਾਂ ਸਾਡੇ ਮੁਸਲਮਾਨ ਵੀਰ ਜਿਹੜੇ ਉੱਧਰ ਵੀ ਅਜਮੇਰ ਦੀ ਸਭ ਜਿਹੜੀ ਜਗ੍ਹਾ ਤੁਹਾਡੀ ਉੱਥੇ ਜਾਂ ਹੋਰ ਜਗ੍ਹਾ 'ਤੇ ਜਾਣਾ ਚਾਹੁੰਦੇ ਹੋ, ਉਹਨਾਂ ਨੂੰ ਵੀ ਆਜ਼ਾਦੀ ਮਿਲਣੀ ਚਾਹੀਦੀ ਆ, ਉਹਨਾਂ ਨੂੰ ਵੀ ਜਿਹੜਾ ਇਹ ਮੌਕਾ ਪ੍ਰਾਪਤ ਹੋਣਾ ਚਾਹੀਦਾ ਕਿ ਉਹ ਵੀ ਆਜ਼ਾਦੀ ਦੇ ਨਾਲ ਉਹ ਜਾ ਸਕਣ। ਸੋ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਕਿ ਇਹ ਦੋਵੇਂ ਮੁਲਕ, ਇਹ ਜੋ ਲਾਈਨਾਂ ਨੇ, ਇਹ ਜੋ ਬਾਰਡਰ ਨੇ, ਇਹ ਸਾਰੀਆਂ ਪਰੇ ਹੋ ਜਾਣ, ਆਪਸ ਵਿੱਚ ਹੀ ਸਾਡੇ ਵੀਰ ਭਰਾ ਪਾਕਿਸਤਾਨ ਅਤੇ ਇੰਡੀਆ ਇੱਕ ਦੂਜੇ ਨਾਲ ਜੱਫੀਆਂ ਰੋਜ਼ ਪਾਉਣ, ਰੋਜ਼ ਮਿਲਣ ਆਜ਼ਾਦੀ ਦੇ ਨਾਲ। ਅੱਛਾ ਇਹ ਦੱਸੋ ਕਿ ਜਦੋਂ ਸਿਡਨੀ ਤੁਰਨ ਲੱਗੇ ਸੀਗੇ ਉਦੋਂ ਤੇ ਪਾਕਿਸਤਾਨ ਦਾ ਮੁੱਖ ਮਹਾਂਦਰਾ ਕੁਛ ਹੋਰ ਤਰ੍ਹਾਂ ਦਾ ਸੀ, ਆ ਕੇ ਜਦੋਂ ਵੇਖਿਆ ਤੇ ਮੁੱਖ ਮਹਾਂਦਰਾ ਪਿਆਰ ਕਿਹੋ ਜਿਹਾ? ਬਿਲਕੁਲ ਸੱਚ ਗੱਲ ਆ, ਮੈਂ ਆਪਦੀ ਵਾਈਫ ਨੂੰ ਵੀ ਕਿਹਾ ਸੀ, ਮੈਂ ਸਾਡੇ ਨਾਲ ਉਹਨਾਂ ਦੇ ਔਰ ਮੇਰੇ ਦੋਸਤਾਂ ਨੇ ਵੀ ਬੜਾ ਕਿਹਾ ਕਿ ਚਲੋ, ਔਰ ਇਹ ਸਾਰਿਆਂ ਦੇ ਹੁੰਦਾ ਮਨ ਦੇ ਵਿੱਚ ਕਿ ਪਤਾ ਨਹੀਂ ਕੀ ਹੋਣਾ ਉੱਥੇ, ਕੀ ਚੱਲ ਰਿਹਾ, ਇਹ ਆ ਉਹ ਆ, ਮੀਡੀਆ ਬੜਾ ਕੁਛ ਦਿਖਾਉਂਦਾ, ਪਰ ਨਹੀਂ ਇਹ ਬਿਲਕੁਲ ਝੂਠ ਨਿਕਲਿਆ। ਜਦੋਂ ਹੀ ਅਸੀਂ ਬਾਰਡਰ ਟੱਪੇ ਅਸੀਂ ਇੰਨਾ ਕੁ ਸਾਨੂੰ ਚਾਅ, ਇੰਨਾ ਕੁ ਸਾਨੂੰ ਭਰਾਵਾਂ ਨੇ ਪਿਆਰ ਦਿੱਤਾ ਕਿ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਦੇਸ਼ ਦੇ ਵਿੱਚ ਜਾਂ ਪਾਕਿਸਤਾਨ 'ਚ, ਫਿਰ ਇੱਦਾਂ ਲੱਗਦਾ ਸੀ ਆਪਦੇ ਘਰ ਦੇ ਵਿੱਚ ਆ, ਔਰ ਹੈ ਹੀ ਸਾਡਾ ਘਰ, ਇਹ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਧਰਤੀ ਆ। ਬਹੁਤ ਹੀ ਮਨ ਨੂੰ ਖੁਸ਼ੀ ਹੋਈ ਇਸ ਗੱਲ ਦੀ। ਜਦੋਂ ਬਾਬਾ ਦੀ ਇਸ ਨਗਰੀ 'ਚੋਂ ਵਾਪਸ ਜਾਓਗੇ ਤੇ ਨਾਨਕ ਨਾਮ ਲੇਵਾ ਨੇ ਜਿਹੜੇ ਉਹਨਾਂ ਨੂੰ ਜਾ ਕੇ ਕੀ ਸੁਨਾਹ ਦੋਗੇ, ਕੀ ਦੱਸ ਆ, ਕੀ ਮੈਸੇਜ ਹੈ ਜਿਹੜਾ ਇੱਥੋਂ ਲੈ ਕੇ ਚੱਲੇ ਜੀ? ਹਾਂ ਪਹਿਲੀ ਗੱਲ ਤਾਂ ਇਸ ਧਰਤੀ, ਇਸ ਪਵਿੱਤਰ ਧਰਤੀ ਤੋਂ ਜਾਣ ਨੂੰ ਦਿਲ ਹੀ ਨਹੀਂ ਕਰਦਾ, ਔਰ ਜੇ ਜਦੋਂ ਜਾਣਾ ਵੀ ਆ ਤਾਂ ਮੈਂ ਇਹੀ ਸਭ ਨੂੰ ਰਿਕੁਐਸਟ ਬੇਨਤੀ ਕਰਾਂਗਾ ਕਿ ਮੇਰੇ ਵੀਰੋ ਭੈਣੋ ਇਸ ਪਵਿੱਤਰ ਧਰਤੀ 'ਤੇ ਜ਼ਰੂਰ ਆਵੋ
ਤੁਹਾਡਾ ਮਨ ਬਹੁਤ ਖੁਸ਼ ਹੋਏਗਾ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਤੁਸੀਂ ਬੜੀ ਆਜ਼ਾਦੀ ਦੇ ਨਾਲ ਬੜੇ ਪਿਆਰ ਦੇ ਨਾਲ ਲੋਕਾਂ ਨੂੰ ਮਿਲ ਸਕਦੇ ਹੋ। ਭਾਅ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਹੁੱਬਾ ਮਾਰਦਾ ਪਿਆਰ ਹੈ ਜਿਹੜਾ ਇਹ ਜੁਪ ਕੇ। ਸਾਡੀ ਵੀ ਅਰਦਾਸ ਹੈ ਕਿ ਜਦੋਂ ਜਾਓ ਤੇ ਤੁਹਾਨੂੰ ਕਮ ਅਜ਼ ਕਮ ਇੱਥੋਂ ਦੀਆਂ ਸੋਹਣੀਆਂ ਗੱਲਾਂ ਨੇ ਜਿਹੜੀਆਂ ਉਹ ਯਾਦ ਰਹਿਣ ਔਰ ਤੁਸੀਂ ਇਸੇ ਬਹਾਨੇ ਪਾਕਿਸਤਾਨ ਨੂੰ ਯਾਦ ਕਰਦੇ ਰਹੋ। ਥੈਂਕ ਯੂ ਸੋ ਮਚ ਮਲਿਕ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰੇ ਹੀ ਵੀਰਾਂ ਭੈਣਾਂ ਦਾ, ਮੀਡੀਆ ਵਾਲਿਆਂ ਦਾ ਜੋ ਤੁਸੀਂ ਇਹ ਕਵਰੇਜ ਕਰ ਰਹੇ ਹੋ, ਥੈਂਕ ਯੂ ਸੋ ਮਚ ਜੀ। ਇਹ ਸਨ ਸਾਡੇ ਸਿਡਨੀ ਆਸਟ੍ਰੇਲੀਆ ਤੋਂ ਆਏ ਇੱਕ ਯਾਤਰੀ ਪਰਾਹੁਣੇ, ਬਲਕਿ ਸਾਡੇ ਕੀ ਜੀ ਬਾਬੇ ਨਾਨਕ ਦੇ ਪਰਾਹੁਣੇ, ਜਿਨ੍ਹਾਂ ਨੇ ਆਪਣੇ ਸ਼ਬਦ ਆਪਣੇ ਵਿਚਾਰ ਨੇ ਜਿਹੜੇ ਉਹ ਦੱਸੇ, ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਨੇ। ਸੋ ਐਫ ਐਮ 95 ਪੰਜਾਬ ਰੰਗ ਲਾਹੌਰ ਵਾਸਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਹੁਣ ਤੱਕ ਦੀ ਕਵਰੇਜ ਦੇ ਨਾਲ ਮੈਂ ਸਾਹ ਮਸੂਦ ਮੱਲੀ, ਮਿਲਦੇ ਹਾਂ ਫਿਰ ਫਿਲਹਾਲ ਮਾਈਕ ਓਵਰ ਟੂ ਲਾਹੌਰ ਸਟੂਡੀਓਜ਼।